ਐ ਕੀ ਕਰ ਰਹੇ ਹੋ ਤੁਸੀਂ? ਐ ਗਲਾਸ ਚ ਪਿਆ ਹੋਇਆ ਸੀ, ਡੱਬੇ ਨੂੰ ਪੀ ਲਿਆ, ਪਿਆ ਹੋਇਆ ਤੇਰਾ? ਨਹੀਂ ਪੜਾ ਹੋਆ, ਉਹ ਪੜਾ ਹੋਆ। ਹਾਂ, ਇਹਨਾਂ ਨੇ ਸਵੇਰ ਦੀ ਖਾਧੀ ਹੁਣ ਰੋਟੀ। ਇਹ ਵੀ ਬੜੇ ਖਰਾਬ ਨੇ, ਆਲੂ ਗਾਜਰਾਂ ਦਾ ਨਾਮ ਸੁਣ ਕੇ ਕਹਿੰਦੇ ਮੈਂ ਤੇ ਹਲੇ ਰੋਟੀ ਨਹੀਂ ਖਾਣੀ। ਹੈ ਬੋਲਦੇ ਨੀ, ਹੈ ਨਾ? ਆਪਨੇ ਆਲੂ ਗਾਜਰੋਂ ਕੇ ਚੱਕਰ ਮੇਂ ਦੇਰ ਸੇ ਖਾਈ ਹੈ ਨਾ ਰੋਟੀ, ਹੈ ਨਾ? ਅੱਜ ਰੋਟੀ ਬਾਹਰ ਮੁੱਕ ਗਈ ਟਾਈਮ ਨਾਲ ਹੋਟਲ ਤੇ, ਪਰ ਫੇਰ ਵੀ ਹਲੇ ਤਾਂ ਬਚੀ ਹੋਈ ਤੇ ਰੋਲੇ ਪਾ ਰਹੇ। ਅੱਛਾ, ਕੱਲੀ ਦਾਲ ਦਾ ਰੋਲਾ ਪਾ ਰਹੇ, 10 ਰੁਪਏ ਦਾਲ ਪੈਕ। ਸਾਨੂੰ ਚਾਹੀਦੀ ਨੀ, ਸਹੀ ਸਬਜ਼ੀ ਬਣਾਈ ਹੋਈ ਹੈ। ਚਲੋ ਜੀ, ਪੀ ਲਓ ਤੂੰ ਵੀ, ਹੁਣ ਮੂੰਹ ਨਾ ਪੀਏਗੀ ਨਾ, ਮਾੜਾ ਜਿਹਾ ਹੀ ਹੈਗਾ ਵਿੱਚ, ਪੀ ਲਾ। ਤੇ ਅਰਨਾਜ ਆ ਗਈ ਸੀ ਆਪਣਾ ਟਾਈਮ ਨਾਲ, ਤੇ ਇਹਨੇ ਨਾ, ਮੈਂ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਤੇ ਇਹਨੇ ਮੇਰੇ ਹੱਥ 'ਚ ਬਲੌਗ ਦਿੱਤਾ, ਮੈਨੂੰ ਫੋਨ ਮੇਰੇ ਹੱਥੋਂ ਖੋ ਕੇ ਲੈ ਗਈ। ਆਉਂਦੇ ਹੀ ਇਹਨੇ ਪਹਿਲੇ ਸਭ ਤੋਂ ਦਿੱਤੀ ਇਹਨੂੰ ਮੈਂ ਸਟੀਮ, ਤੇ ਸਟੀਮ ਲੈ ਕੇ ਇਹਨੇ ਰਾਤੀ ਦੇਣ ਲੱਗੇ ਸੀ ਉੱਠ ਗਈ। ਹੁਣ ਇਹਨੇ ਆਪਣੇ ਆਪ ਕਹਿੰਦੀ ਮੈਨੂੰ ਸਟੀਮ ਲਗਾ ਦਿਓ, ਇਹਨੂੰ ਸਟੀਮ ਦੇ ਦਿੱਤੀ ਆਪਾਂ, ਤੇ ਹੁਣ ਇਹਨੇ ਰੋਟੀ ਰੋਟੀ ਖਾ ਲਈ ਹੈ ਤੇ ਹੁਣ ਇਹਨੇ ਇਹ ਚੱਲੀ ਗਈ ਬਾਹਰ, ਹੁਣ ਇਹ ਬਾਹਰ ਡੋਲੇਗੀ, ਬਾਹਰ ਗਈ, ਹੁਣ ਇਹ ਡੋਲੇਗੀ ਆ ਕੇ। ਤੇ ਸਰਦਾਰ ਜੀ ਨੇ ਔਰ ਮੈਂ ਦੋਨਾਂ ਨੇ ਖਾ ਲਈ ਅਸੀਂ ਰੋਟੀ, ਹੈ ਨਾ? ਅਸੀਂ ਖਾਏ, ਅੱਜ ਮੈਂ ਬਣਾਏ ਸੀ ਆਲੂ ਗਾਜਰ ਮਟਰ, ਅਸੀਂ ਆਲੂ ਗਾਜਰ ਮਟਰ ਨਾਲ ਰੋਟੀ ਖਾਧੀ, ਤੇ ਮੈਂ ਖਾਧੇ ਕੱਲ ਦੇ ਜਿਹੜੇ ਚਾਵਲ ਬਣਾਏ ਸੀ ਉਹ। ਕੁੜੀ ਨੇ ਤੇ ਮੇਰਾ ਕੁਛ ਵੱਧ ਨਹੀਂ ਸਿਰ ਖਾਧਾ ਹੋਇਆ। ਮੰਮਾ ਪਾਜੀ ਚੋ ਫੋਨ ਜਦੋਂ ਆਪ ਕਰਦੀ ਮੈਨੇ ਆਪ ਕਰਦੀ ਮੈਂ ਆਉ ਆਪਣੀ ਉਹ ਟੈਚ ਮੈਨੇ ਆਉ। ਹਾਂ, ਤੇ ਇਹ ਕਹਿ ਰਹੀ ਹੈ ਮੈਨੂੰ, ਲਾਡੋ ਦੀ ਮੰਮੀ ਨੂੰ ਫੋਨ ਕਰਨ ਨੂੰ ਕਹਿ ਰਹੀ ਹੈ ਕਿ ਉਹਨਾਂ ਨੂੰ ਪੁੱਛੋ ਉਹ ਠੀਕ ਹੈ ਤੇ ਮੈਂ ਆ ਜਾਊਂ, ਜੇਕਰ ਉਹ ਨਹੀਂ ਠੀਕ ਤਾਂ ਮੈਂ ਨਾ ਆਊਂ, ਆਪ ਜਰਾ ਉਨਸੇ ਫੋਨ ਕਰਕੇ ਬਾਤ ਕਰੋ। ਹੁਣ ਤੁਸੀਂ ਮੈਨੂੰ ਦੱਸੋ, ਰੋਜ਼ ਰੋਜ਼ ਕਿਸੇ ਦੇ ਘਰ ਜਾਈਦਾ? ਅੱਜ ਅਸੀਂ ਪੁੱਛਦੇ ਹਾਂ, ਅਗਰ ਉਹ ਘਰ ਹੋਏਗੀ ਤੇ ਆਪਾਂ ਦੋਨੋਂ ਜਣੇ ਜਾ ਕੇ ਉਹਦਾ ਪਤਾ ਲੈ ਕੇ ਆਉਂਦੇ ਹਾਂ। ਮੈਂ ਵੀ ਚੱਲੀ ਅੱਜ ਨਾ ਨਾਜ਼ ਦੇ ਨਾਲ ਨਾਲ ਮੈਂ ਵੀ ਚੱਲੀ ਹਾਂ ਲਾਡੋ ਦੇ ਘਰ, ਅਤੇ ਮੈਂ ਕਿਹਾ ਚੱਲ ਮੈਂ ਵੀ ਹੋ ਜਾਂਦੀ ਹਾਂ, ਘਰ ਬੋਰ ਹੋ ਗਈ ਹਾਂ, ਕਿਤੇ ਨਿਕਲਾਂ ਤੁਸੀਂ ਮਾੜਾ ਮੋਟਾ। ਇਸ ਚੱਕਰ 'ਚ ਮੈਂ ਕਿਹਾ ਚੱਲ ਨਾਲੇ ਬਿੰਦੂ ਬਿਮਾਰ ਹੈ, ਬਿੰਦੂ ਨੂੰ ਵੀ ਦੇਖ ਖਾਂਦੀ ਹਾਂ, ਅਤੇ ਨਾਲੇ ਮੇਰਾ ਟਾਈਮ ਪਾਸ ਹੋ ਜਾਏਗਾ, ਨਾਲੇ ਅਨਾਜ ਖੇ ਲਾਏਗੀ। ਚਲੋ ਚੱਲਦੇ ਹਾਂ ਦੋਸਤੋ। ਪੀਪੀ ਵੱਜ ਗਈ, ਪੀਪੀ ਪੀਪੀ ਦੇ ਚਿੱਟੇ ਚਿੱਟੇ ਦੰਦ ਦਿਖ ਰਿਹਾ ਹੈ, ਹੱਸਦੇ ਦੇ ਤਾਰੀਫ ਕਰ ਰਹੀ, ਤਾਰੀਫ ਚਿੱਟੇ 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 ਦੰਦ ਨੇ ਤੇਰੇ ਚਿੱਟੇ। ਆਹੋ ਕਹਿੰਦਾ ਜਿੰਨੇ ਪਸੰਦ ਕਰਨਾ ਸੀ ਉਹਨੇ ਕਹਿੰਦਾ ਕਰ ਲਿਆ ਉਹਨੇ, ਕਹਿੰਦਾ ਅਸੀਂ ਗੱਡੀ ਕੱਢੀ ਔਰ ਗੱਡੀ ਨਾ ਆਏ, ਮੈਂ ਕਿਹਾ ਏਦਾਂ ਤੇ ਹੋ ਹੀ ਨਹੀਂ ਸਕਦਾ ਨਾ। ਚਲੋ 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 ਚਲੋ, ਘਰੋਂ ਨਿਕਲੇ ਤੇ ਸਿੱਧਾ ਪਹੁੰਚ ਗਏ ਮੋਟੋ ਮੋਟ, ਜੀਤ ਨੇ ਸਾਨੂੰ ਬੁਲਾਇਆ, ਕਹਿੰਦੇ ਆ ਜਾਓ ਫਿਰ ਮੈਨੂੰ ਦੁਬਾਰਾ ਤੋਂ, ਮੈਂ ਘਰ ਆ ਕੇ ਪਜਾਮਾ ਪਜੂਮਾ ਪਾ ਲਿਆ ਸੀ, ਟਰਾਊਜ਼ਰ ਪਾਉਣਾ ਪਿਆ ਜੂਡੀਓ ਵਾਲੀ, ਇਹ ਕਿੰਨਾ ਗੰਦਾ ਹੋ ਗਿਆ ਮੇਰਾ ਟਰਾਊਜ਼ਰ। ਹਾਂ ਗੱਡੀ ਕੌਣ ਚਲਾਏਗਾ? ਲੋ ਬੈਠ ਜਾਓ, ਇੱਧਰ ਬੈਠ ਕੇ ਚਲਾ ਲਓ ਸਾਥ ਨੂੰ। ਕਿੰਨੀ ਕਿੰਨੀ ਟੂਈ ਇੱਧਰ ਨੂੰ ਹੋ ਰਹੀ ਹੈ, ਬਸ ਐਸੇ ਨਹੀਂ ਚਲਾ ਸਕਤੇ ਪਾਪਾ, ਮੇਰੇ ਪਾਸ ਅਗਲੀ ਗਾੜੀ ਬੜੀ ਆਏਗੀ ਬੇਟਾ, ਫਿਰ ਉਸ ਤੇ ਚਲਾ ਲਓ। ਓ ਨਹੀਂ ਨਾ, ਗੇਅਰ ਕੈਸੇ ਡਾਲेंगे ਪਾਪਾ, ਸਿੱਧੀ ਬੈ ਮੰਮੀ ਦੀ ਗੋਦੀ ਚ। ਨਹੀਂ ਮੰਮਾ ਵੇਖੀ ਅੱਜ ਨਵਾਂ ਸਕੈਰੀ ਹੈ, ਮੈਂ ਗੱਡੀ ਚਲਾਣੀ ਹੈ, ਬਸ ਤੇ ਪਹੁੰਚ ਗਏ ਕਿਤੇ। ਹਾਂਜੀ ਅਰੂ ਲਾਈਟ ਚਲਾਓ, ਅਸੀਂ ਖੜੇ ਆ GCF ਦੇ ਬਾਹਰ, ਪਿੱਛੇ ਆ 10 ਰੁਪਏ ਚਿਕਨ ਵਾਲਾ ਪੀਸ ਵਾਲਾ ਬੰਦਾ ਜੋ ਅਸੀਂ ਨਹੀਂ ਖਾ ਰਹੇ। ਇੱਧਰ ਦੇਖੋ ਮੰਮੀ ਖਾ ਰਹੀ ਹੈ ਮਸਾਲਾ ਚਾਪ, ਵੈਸੇ ਅਸੀਂ ਭਾਈ ਨੂੰ ਕਿਹਾ ਸੀ ਕਿ ਸਾਨੂੰ ਮਸਾਲਾ ਚਾਪ ਰੋਲ ਬਣਾ ਕੇ ਦੇਈ, ਤੇ ਉਹ ਏਦਾਂ ਲੈ ਆਇਆ, ਮੈਂ ਕਿਹਾ ਮੰਮੀ ਹੁਣ ਖਾ ਲਓ ਏਦਾਂ ਕੋਈ ਗੱਲ ਨਹੀਂ, ਤੁਸੀਂ
ਹੁਣ ਸਾਡੀ ਆ ਰਹੀ ਆ ਹਾਫ ਮਲਾਈ ਚੌਪ ਤੇ ਰੁਮਾਲੀ ਰੋਟੀ, ਉਸ ਤੋਂ ਬਾਅਦ ਅਸੀਂ ਚਿਕਨ ਲੈ ਕੇ ਘਰ ਜਾਵਾਂਗੇ ਕਿਉਂਕਿ ਪਾਪਾ ਵੀ ਕਹਿੰਦੇ ਬੜਾ ਬੜੇ ਦਿਨ ਹੋ ਗਏ, ਅਰਾਊਂਡ 15-20 ਦਿਨ ਹੋ ਗਏ ਅਸੀਂ ਸਾਡੇ ਚੋਂ ਕਿਸੇ ਨੇ ਚਿਕਨ ਵਿਕਨ ਖਾਧਾ ਨਹੀਂ ਹੈਗਾ ਤੇ ਅੱਜ ਆਪਾਂ ਖਾਂਦੇ ਹਾਂ, ਹੈਨਾ। ਮਤਲਬ ਅੱਜ ਰੋਟੀ ਘਰੇ ਮਸਾ ਮਸਾ ਹੀ ਬਣੂਗੀ ਤੇ ਦੋ ਚਾਰ ਰੋਟੀਆਂ ਹੀ ਬਣਨਗੀਆਂ, ਰੋਟੀ ਨਹੀਂ ਬਣੂਗੀ ਅੱਜ ਕੱਲ੍ਹ। ਅੱਜ ਹਮ ਯਹੀ ਖਾਏਂਗੇ, ਯਹੀ ਨਹੀਂ, ਮੈਂ ਪਾਣੀ ਦੀ ਬੋਤਲ ਲੈ ਕੇ ਪੜੀ ਹੋਈ ਗੱਡੀ 'ਚ। ਇੱਧਰ ਦੇਖੋ, ਇੱਧਰ ਸਵਾਦ ਆ ਗਿਆ ਮੰਮੀ, ਸਪਾਈਸੀ ਚਾਪ ਤੁਹਾਡੀ ਨਹੀਂ ਹੈ ਸਪਾਈਸੀ। ਤੇ ਹੁਣ ਕੀ ਕਰੀਏ, ਬੋਲਾਂ ਉਹਨੂੰ ਉੱਤੋਂ ਲਾਲ ਮਿਰਚਾਂ ਪਾ ਦੇ ਲਿਆ ਕੇ, ਹੈ ਮੰਮੀ ਕੀ ਪੀ ਗਏ ਤੁਸੀਂ ਡੂਨਾ ਡੂਨੇ ਤੇ? ਚਟਨੀ, ਉਹ ਵੀ ਨਹੀਂ। ਤੁਸੀਂ ਨੀਟ ਪੀਂਦੇ ਹੋ ਨਾ? ਛੋਟੇ ਬ੍ਰਦਰ ਨੂੰ ਮਿਲਿਆ ਹੁਣੇ, ਕਹਿ ਨਾ ਹੁਣੇ ਤੈਨੂੰ ਸਕ੍ਰੀਨਸ਼ਾਟ ਸ਼ੇਅਰ ਕਰਾ ਰਿਹਾ। ਚਾਂਪਾ ਅਸੀਂ ਰੱਖ ਲਈਆਂ ਤੇ ਰੁਮਾਲੀ ਰੋਟੀ ਪਿੱਛੇ ਪਈ ਆ ਕਿ ਪਾਪਾ ਖਾ ਲੈਣਗੇ, ਹੈਨਾ। ਪਰ ਹੁਣ ਮੈਂ ਅਸੀਂ ਚਿਕਨ ਲੈ ਕੇ ਜਾਵਾਂਗੇ ਘਰੇ, ਥੋੜਾ ਹੀ ਲਵਾਂਗੇ ਫਿਰ ਮੈਂ ਜਿੱਦਾਂ ਕਿਹਾ ਜ਼ਿਆਦਾ ਨਾ ਲਿਓ, ਥੋੜਾ ਹੀ ਲਿਓ। ਪਰ ਮੰਮੀ ਨੂੰ ਸਭ ਤੋਂ ਸਸਤੀ ਕੀ ਮਿਲੀ? ਸਟ੍ਰਾਬੇਰੀ। ਮੰਮੀ ਨੇ ਗਲੀ ਚੋ 70 ਰੁਪਏ ਦਾ ਇੱਕ ਡੱਬਾ ਲਿੱਤਾ ਸਟ੍ਰਾਬੇਰੀ ਦੇ, ਸਟ੍ਰਾਬੇਰੀ ਦਾ। ਇੱਥੇ ਸਾਨੂੰ 100 ਰੁਪਏ ਦੇ 5 ਡੱਬੇ ਮਿਲੇ ਹੈ ਮੰਮੀ। 100 ਰੁਪਏ ਦੇ 5 ਡੱਬੇ, ਤੁਸੀਂ ਇੰਨਾ ਫਰਕ ਕਰ ਦਿਓ ਮੇਰੇ ਚ ਤੇ ਇੰਨਾ ਚ। ਗਈ ਸੀ ਤੇ ਮੈਂ ਕੀ ਕਰਾਂ, ਤੁਸੀਂ ਮੇਰੀ ਹਾਜ਼ਰੀ ਕਿਉਂ? ਤੈਨੂੰ ਸਵੇਰੇ ਸਵੇਰੇ ਜਦੋਂ ਆਪਾਂ ਪਹਿਲੇ ਕਿੱਥੇ ਗਏ ਸੀ ਢਲੋਦੀ, ਮੇਰੀ ਗੈਰ ਹਾਜ਼ਰੀ ਚ ਮੰਮੀ ਇੰਨੀ ਨਾ ਇਨਸਾਫੀ ਮੇਰੇ ਨਾਲ, ਸਾਰਾ ਦਿਨ ਸਾਡਾ ਕੁਛ ਖਾਣ ਨੂੰ ਦਿਲ ਕਰੇ ਅਸੀਂ ਕੀ ਕਰੀਏ, ਇੰਨੀ ਨਾ ਇਨਸਾਫੀ ਮੰਮੀ ਇੰਨੀ ਮੇਰੇ ਨਾਲ ਉਹ ਵੀ। ਹਾਂ ਕੋਈ ਗੱਲ ਨੀ ਮੰਮੀ, ਅਸੀਂ ਸਟ੍ਰਾਬੇਰੀ ਸ਼ੇਕ ਮੈਂ ਵੀ ਨੀ ਪੀਤਾ ਇੱਕ ਘੁੱਟ ਵੀ, ਕੋਈ ਗੱਲ ਨੀ ਮੰਮੀ, ਕੋਈ ਗੱਲ ਨੀ, ਦੋਨੋਂ ਤੇਰੇ ਦਿਓਰ ਨੇ ਤੇ ਤੇਰੇ ਘਰ ਵਾਲੇ ਨੇ, ਕੋਈ ਗੱਲ ਨੀ ਮੰਮੀ, ਕੋਈ ਗੱਲ ਨੀ, ਤੂੰ ਅੱਜ ਪੀ ਲਈ, ਕੋਈ ਗੱਲ, ਤੂੰ ਅੱਜ 2 ਗਲਾਸ ਪੀ ਲਈ, ਨਹੀਂ ਕੋਈ ਪੀਵਾਂਗੀ ਮੰਮੀ, ਸਵਾਦ ਜਿਹਾ ਬਣਾ ਦਿਓ, ਫਟੇ ਚੱਗ ਦਿਓ, ਥੋੜਾ ਸਵਾਦ ਬਣਿਆ। ਧਿਆਨ ਸੇ ਸੁਣੀਏ, ਮੰਮੀ ਨੇ ਕੀਤੀ ਮੇਰੇ ਤੇ ਆਪਣੇ ਮੁੰਡਿਆਂ ਚ ਫਰਕ। ਉਹ ਬੈਂਕ ਲੈ ਕੇ ਆਉਂਦੀ ਨਾ ਮੈਂ ਦੌੜੀ ਦੌੜੀ ਆ ਜਾਂਦੇ, ਕਿਹੜਾ ਦੁੱਖ ਹੈ ਮੇਰੇ ਬੈਂਕ, ਮੈਂ ਲੈ ਕੇ ਉਧਰ ਪਰਛਾਵੇ ਆ ਰਹੀ ਹੈ, ਸ਼ੂਟਿੰਗ ਚੱਲ ਰਹੀ ਹੈ ਉੱਥੇ, ਕੈਮਰਾ ਚੱਲ ਰਹੀ ਬੇਟਾ, ਇਲੈਕਸ਼ਨ ਆ ਰਹੇ ਆ। ਅੱਛਾ, ਉਹ ਇੱਕ ਟਾਈਪ ਹਮ ਜਾ ਰਹੀ ਹੈ ਉੱਥੇ ਵੀ, ਇਹ ਤਾਂ ਬੜਾ ਹੈ, ਛੋਟਾ ਤੇ ਇਹ ਬਹੁਤ ਹੈ ਪਰ ਮੇਰੀਆਂ ਦਾ ਟਾਈਪ ਹਮ ਨਹੀਂ, ਦੇਖੋ ਹੀ ਨਹੀਂ ਰਿਹਾ ਸ਼ੀਸ਼ੇ ਵੜਕਣ ਦੇ ਲਿਖਿਆ ਤਾਂ ਮੁੰਬਈ ਕਾ ਫੇਮਸ, ਕਹਿੰਦੇ ਮੁੰਬਈ ਕਾ ਫੁੱਫੂਸਾ, ਲਵਰਸ ਪੁਆਇੰਟ ਆ ਚੈੱਕ ਕਰੇ ਕਿਉਂ ਖੁੱਲੇ, ਲਵਰਸ ਪੁਆਇੰਟ ਗੁੱਡ ਫੂਡ ਉਹ ਲਿਖਿਆ ਮੁੰਬਈ ਕਾ ਫੇਮਸ ਦਰੀਅਲ ਟੇਸਟ ਆਫ ਚੜ ਕਹਿੰਦੇ ਮੁੰਬਈ ਕਾ ਫੁੱਫੂਸਾ, ਫੁੱਫੂਸੀ ਮੈਂ ਵੀ ਕਹਾਂ ਫੁੱਫੂਸਾ ਕੀ ਹੁੰਦਾ, ਫੁੱਫੂਸਾ ਕਿੱਥੇ ਲਿਖਿਆ ਅਲਾਊਡ ਨਹੀਂ ਹੈ, ਹਾਂ ਜਿੱਥੇ ਲਵਰਸ ਪੁਆਇੰਟ ਲਿਖਿਆ ਹੈ ਇੱਥੇ ਇਸ ਲਈ ਲਵਰਸ ਹੀ ਆਉਂਦੇ ਨੇ, ਹਾਂ ਤੁਸੀਂ ਨਹੀਂ ਆ ਸਕਦੇ ਓਨਲੀ ਲਵਰਸ ਆਉਣਗੇ, ਮੈਂ ਆਦਮੀ ਦੇ ਨਾਲ ਲਵਰ ਆ ਮੇਰੇ ਲਵਰ ਹੋ ਮੈਂ ਕਿਉਂ ਨਹੀਂ ਆ ਸਕਦੀ, ਕੋਈ ਉਮਰ ਹੁੰਦੀ ਹੈ ਲਵਰਸ ਪੁਆਇੰਟ ਲਵ ਕਰਨ ਦੀ?
ਮੈਂ ਆ ਜਾਂਗੀ ਆਪਣੇ ਹਸਬੰਡ ਨੂੰ ਨਾਲ ਲੈ ਕੇ ਡੇਟ ਤੇ ਲਵਰਸ ਪੁਆਇੰਟ। ਮੰਮੀ ਤਾਂ ਸਰਿਆ ਪਿਆ ਤੁਹਾਡਾ। ਕੀ ਸਰਿਆ ਪਿਆ? ਹਸਬੰਡ ਦੇ ਨਾਲ ਲਵਰਸ ਪੁਆਇੰਟ ਕਿੱਥੇ ਆ? ਇਹ ਸ਼ਾਪ ਕਿਹੜੀ ਆ? ਪਤਾ ਨਹੀਂ। ਹਾਂ ਖਾਲੀ ਬੋਰਡ ਹੀ ਲੱਗਾ, ਕੋਈ ਦੁਕਾਨ ਦਿਖ ਰਹੀ ਤੁਹਾਨੂੰ? ਹੋਏ ਕੀ ਅੰਦਰ ਦਿਖ ਰਹੀ ਕੋਈ ਦੁਕਾਨ? ਹੋ ਸਕਦਾ ਗੱਡੀ ਚ ਹੋਵੇ। ਕੀ? ਕਿਤੇ ਹੋਰ ਹੁਸ਼ਿਆਰਪੁਰ ਰੋਡ ਤੇ ਆ, ਰੇਲਵੇ ਕ੍ਰੋਸਿੰਗ ਇਹੀ ਆ। ਚਿਪਸ, ਰਸ, ਬਿਸਕਿਟ ਮੈਂ ਲੁਧਿਆਣੇ ਤੋਂ ਵੀ ਲੈ ਕੇ ਆਈ ਸੀ ਇਹਨਾਂ ਦੇ, ਇੱਕ ਵਾਰੀ ਯਾਦ ਆਇਆ ਸੀ ਲੈ ਕੇ ਆਈ ਸੀ ਹਨਾ ਜੀ ਨਾ? ਗੱਡੇ ਪਾਤੀ ਸੀ ਉੱਥੇ, ਫਿਰ ਅੱਧੇ ਅੱਧੇ ਤੋਂ ਵੀ ਅੱਗੇ ਚਲੇ ਗਏ ਸੀ, ਅੱਧੇ ਰਾਤ ਹੋ ਗਏ, ਫਿਰ ਸਾਨੂੰ ਬੈਕ ਕਰਨੀ ਪਈ ਕਿਉਂਕਿ ਹੋਰ ਛੋਟੀ ਹੋ ਗਈ ਸੀ ਉਹ, ਤਾਂ ਗੱਡੀ ਨਿਕਲਣੀ ਨੀ ਸੀ। ਵੱਡਾ ਵੱਡਾ ਬਾਜ਼ਾਰ ਸੀਗਾ ਪਰ ਛੋਟਾ ਸੀਗਾ, ਛੋਟੀ ਰੋਡਾਂ ਚ। ਮੈਨੂੰ ਵੀ ਬਾਅਦ ਚੋਂ ਭਾਬੀ ਨੇ ਦੱਸਿਆ ਸੀ ਇਹ ਵੱਡਾ ਬਾਜ਼ਾਰ। ਅੱਛਾ, ਕਹਿਣਾ ਸੀ ਫਿਰ ਗਲੀ ਕਾਹਤੋਂ ਨੀ ਵੱਡੀ ਰੱਖੀ ਤੁਸੀਂ, ਅੱਗੇ ਚਾਰ ਬੰਦੇ ਨਿਕਲ ਤਾਂ ਲੈਣ। ਪਰ ਸਾਡੀ ਮਾਹੀਰਾ ਗੇਟ ਵੀ ਦੇਖ ਲਓ, ਨਿੱਕੀ ਨਿੱਕੀ ਗਲੀਆਂ ਹੈ ਮੰਮੀ, ਚਾਂਦਨੀ ਚੌਂਕ ਦਾ ਫੀਲ। ਮਾਹੀਰਾ ਗੇਟ ਵੀ ਤਾਂ ਨਿੱਕੀਆਂ ਹੀ ਗਲੀਆਂ, ਕਿਹੜਾ ਵੱਡਾ ਬਾਜ਼ਾਰ ਹੈ। ਹਾਂ, ਉਹ ਵੀ ਨਿੱਕੀਆਂ ਨਿੱਕੀਆਂ ਹੀ ਗਲੀਆਂ ਬਸ, ਉਹ ਵੀ ਤਾਂ ਫਿਰ ਲੁਧਿਆਣੇ ਵਾਲਾ ਵੀ ਦੂਸਰਾ ਚਾਂਦਨੀ ਚੌਂਕ ਹੋਣਾ। ਨਹੀਂ ਹਾਂਜੀ, ਆ ਗਏ ਘਰੇ, ਕੈਸੀ ਰਹੀ ਚਾਂਪ ਪੇ ਬਈ? ਆਪਾਂ ਨਾ ਖਾ ਪੀ ਕੇ ਘਰ ਆ ਗਏ ਆ। ਚਿਕਨ ਤੁਹਾਨੂੰ ਪਤਾ ਸੀ ਬਾਹਰ ਖਾਣੇ ਆ, ਘਰੇ ਸਾਡੇ ਆਂਦਾ ਨਹੀਂ ਤੇ ਪਾਪਾ ਗੱਡੀ ਚ ਬਹਿ ਕੇ ਖਾ ਰਹੇ ਨੇ। ਹੁਣ ਮੈਂ ਤੁਹਾਨੂੰ ਨਹੀਂ ਦੱਸਦੀ ਆ, ਮੰਮੀ ਔਰ ਮੈਂ ਖਾਲੀ ਉੱਪਰ ਆ ਗਏ ਆ, ਠੀਕ ਹੈ? ਅਨਾਜ਼ ਉੱਪਰ ਆ, ਬਾਕੀ ਸਾਰੇ ਹੈਗੇ ਆ ਥੱਲੇ, ਜੀਤ ਵੀ ਹੈਗੇ ਆ ਥੱਲੇ। ਸੋ ਅੱਜ ਕੁਛ ਮਜ਼ੇਦਾਰ ਹੋਇਆ ਨਹੀਂ, ਮਤਲਬ ਅੱਜ ਆਪਾਂ ਜਿੱਦਾਂ ਕੱਲ ਚੈਲੰਜ ਕੀਤਾ ਸੀਗਾ ਨਾ, ਤੇ ਅੱਜ ਕੁਛ ਕੀਤਾ ਨਹੀਂ, ਸੋ ਅੱਜ ਕਰਦੇ ਆ ਪ੍ਰੈਂਕ। ਹਾਂ, ਇਸੇ ਵਲੌਗ ਚ ਕੰਟੀਨਿਊ ਕਰਦੇ ਆ ਜਿਹੜਾ ਵਲੌਗ ਚੱਲਦਾ ਪਿਆ ਸੀਗਾ। ਤੇ ਹੁਣ ਜੀਤ ਹੁਣੀ ਹੈਗੀ ਆ ਥੱਲੇ, ਤੇ ਨਾ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਂਦੀ ਹਾਂ। ਇੱਥੇ ਇੱਕ ਸਪੈਸ਼ਲ ਜੋ ਹੈ ਉਹ ਕੀਤਾ ਗਿਆ ਸੀਗਾ ਕਿ ਬਈ ਸਾਡੀ ਨਾ ਆਉਣ ਵਾਲੀ ਲਾਈਟ ਖਰਾਬ ਹੋ ਗਈ ਕਿਚਨ ਦੀ, ਇਹ ਸਹੀ ਕਰਾਉਣੀ ਆ। ਜਿਹੜਾ ਇਹ ਐਡੀਸ਼ਨ ਹੈ ਨਾ ਉੱਤੇ ਇਹ ਲੱਗਾ, ਜਿਹੜਾ ਕਿ ਦੋਨੋਂ ਭਰਾਵਾਂ ਨੂੰ ਸ਼ੌਂਕ ਹੈ ਰੱਖਣ ਦਾ, ਇਕੱਠੀਆਂ ਕਰਨ ਦਾ ਸ਼ੌਂਕ ਹੈ ਕਿ ਹਰ ਇੱਕ ਬ੍ਰਾਂਡ ਦੀ ਹੋਣੀ ਚਾਹੀਦੀ ਹੈ। ਸੋ ਮੰਮੀ ਕਹਿ ਰਹੇ ਆ ਇਹਨਾਂ ਨੇ ਨਾ ਇੱਕ ਇੱਕ ਬੋਤਲ, ਕੋਈ 3,500 ਦੀ, ਕੋਈ 4,000 ਦੀ, ਕੋਈ 2,500 ਦੀ, ਕੁਛ ਏਦਾਂ ਹੀ ਇਹਨਾਂ ਨੇ ਇਹ ਬੋਤਲਾਂ ਇਕੱਠੀਆਂ ਕੀਤੀਆਂ ਗਈਆਂ। ਮੈਂ ਸੋਚ ਰਹੀ ਹਾਂ ਇਹਨਾਂ ਨੂੰ ਦਿੰਦੀ ਹਾਂ ਮੈਂ ਲੁਕੋ, ਅਤੇ ਫਿਰ ਜ਼ੋਰ ਸੇ ਚੀਕ ਮਾਰਦੀ ਹਾਂ ਹਾਏ ਹੋਲੂ, ਜਲਦੀ ਆ ਬੋਤਲ ਟੁੱਟ ਗਈ। ਟੁੱਟ ਗਈਆਂ ਤੇ ਉਹ ਐ ਨੀ ਪੁੱਛਣਗੇ ਕਿ ਕਿੱਥੇ ਗਈਆਂ? ਟੁੱਟ ਗਈਆਂ ਤੇ ਖਲਾਰਾ ਕਿੱਥੇ ਆ, ਕੱਚ ਕਿੱਥੇ ਆ? ਲੱਗਾਂਗੇ ਟੁੱਟ ਗਈਆਂ, ਮੈਂ ਸਾਫ਼ ਕਰਤਾ ਸੀ ਲੇਕਿਨ ਮੈਂ ਤੈਨੂੰ ਦੱਸਿਆ ਨਹੀਂ, ਤੂੰ ਆਇਆ ਤੇ ਮੈਂ ਤੈਨੂੰ ਦੱਸ ਰਹੀ ਹਾਂ ਜ਼ੋਰ ਸੇ। ਹੁਣ ਟੁੱਟੀਆਂ ਹੋਈਆਂ ਤੇ ਮੈਂ ਦਿਖਾ ਨਹੀਂ ਨਾ ਸਕਦੀ, ਕੋਈ ਕੱਚ ਦੀ ਬੋਤਲ ਤੋੜਦੀ? ਹਾਏ ਹਾਏ, ਸਾਡੇ ਘਰ ਤੇ ਕੱਚ ਦੀਆਂ ਬੋਤਲਾਂ ਹੀ ਨਹੀਂ ਹੈ। ਕੱਚ ਦੀਆਂ ਤੇ ਬੋਤਲਾਂ ਹੀ ਨਹੀਂ ਸਾਡੇ ਘਰ, ਕੱਚ ਤੇ ਗਲਾਸ ਮੈਂ ਤੋੜ ਨਹੀਂ ਸਕਦੀ, ਬਿਕੋਜ਼ ਮੇਰੇ ਫੇਵਰੇਟ ਗਲਾਸ ਪਲਸ ਪਏ। ਤੇ ਮੰਮੀ ਕਹਿੰਦੇ ਕਿ ਆਪਾਂ ਸਾਰੀਆਂ ਬੋਤਲਾਂ ਛੁਪਾ ਦੇਣੀਆਂ। ਚੰਗੀ ਸਾਬਣ ਕਹੇ ਜੀ ਪਾਗੀ ਮੇਰੀ, ਸਾਰੀ ਤਾਂ ਗਾਣੀ ਸੀ ਮਿੱਠੀ ਮਿੱਠੀ ਲੱਗੀ ਚੋਕਲੇਟ ਵਾਲੀ, ਮੈਂ ਖਾ ਗਿਆ। ਹਾਏ ਹਾਏ।
ਚਲੋ ਪੀਪੀ ਗਿਆ, ਮੰਮੀ ਇੱਕ ਆਈਡੀਆ ਆਇਆ, ਆਪਾਂ ਥੋੜੀ ਜਿਹੀ ਚੇਂਜਸ ਕਰਦੇ ਆ, ਠੀਕ ਹੈ? ਦੇਖੋ ਸਾਡਾ ਜਿਹੜਾ ਪ੍ਰੈਂਕ ਹੈ ਨਾ, ਕੋਈ ਪ੍ਰੀ ਪਲੈਨ ਨਹੀਂ ਹੈਗਾ, ਆਪਾਂ ਹੁਣੇ ਔਨ ਦਾ ਸਪੋਟ ਤੇ ਸੋਚਿਆ, ਤੇ ਉਹਦੇ ਚ ਕੁਝ ਚੇਂਜਸ ਇੱਦਾਂ ਹੋਣਗੇ। ਤੁਸੀਂ ਬੋਲਿਓ ਓਏ ਗੁਰੂ, ਇਹ ਤੁਸੀਂ ਕੀ ਇਹ ਬੋਤਲਾਂ ਬੋਤਲਾਂ ਕਿਹਨੂੰ ਦੇ ਦਿੱਤੀਆਂ, ਸਾਰੀਆਂ ਚੱਕਤੀਆਂ ਬੋਤਲਾਂ ਤੇ ਇੱਕ ਨਹੀਂ ਹੈਗੀਆਂ ਇੱਥੇ, ਕਿਹਨੂੰ ਵੇਚੀਆਂ, ਜ਼ੋਰ ਸੇ ਆਵਾਜ਼ ਮਾਰੋ, ਕਿਹਨੂੰ ਦਿੱਤੀਆਂ, ਹਾਂ ਇਹ ਕਿੱਥੇ ਗਈਆਂ ਸਾਰੀਆਂ ਬੋਤਲਾਂ, ਇੱਦਾਂ ਇੱਦਾਂ ਕਰਿਓ। ਨਾਜ਼ ਰੋਣ ਲੱਗ ਜਾਂਦੀ ਬਾਰ ਬਾਰ, ਹਾਂ ਗਈ ਹੁਣ ਆਪਣੇ ਪਾਪਾ ਕੋਲ ਥੱਲੇ, ਤੇ ਇੱਦਾਂ ਹੀ ਬੋਲਿਓ, ਠੀਕ ਹੈ, ਕਿ ਸਾਰੀ ਬੋਤਲਾਂ ਕਿੱਥੇ ਗਈਆਂ, ਤੁਸੀਂ ਸਾਰੀਆਂ ਬੋਤਲਾਂ ਵੇਚਤੀਆਂ, ਮੈਨੂੰ ਦੱਸਿਆ ਹੀ ਨਹੀਂ, ਮੈਨੂੰ ਕੁਛ ਤਾਂ ਪਤਾ ਹੀ ਨਹੀਂ ਬੋਤਲਾਂ ਕਿੱਥੇ ਗਈਆਂ ਸਾਰੀਆਂ, ਹੈ ਨਾ? ਅਤੇ ਹੁਣ ਮੈਂ ਸਾਰੀਆਂ ਬੋਤਲਾਂ 'ਚ ਪਾਉਂਦੀਆਂ, ਫਿਰ ਆਪਾਂ ਕੈਮਰਾ ਨਾ ਕਿਸੇ ਜਗ੍ਹਾ ਸੈੱਟ ਕਰ ਦਾਂਗੇ, ਮੈਂ ਹੱਥ 'ਚ ਲੈ ਕੇ ਨਹੀਂ ਖੜੀ ਹੋਊਂਗੀ, ਫਿਰ ਤਾਂ ਸ਼ੱਕ ਹੋ ਜਾਏਗਾ ਕਿ ਮੈਂ, ਤੁਸੀਂ ਝੂਠ ਬੋਲ ਰਹੇ ਹੋ। ਨਹੀਂ ਤੂੰ ਸ਼ੱਕ ਕੀ ਹੋਏਗਾ, ਤੂੰ ਕਹੀ ਮੈਂ ਵੀ ਤਾਂ ਬੈਂਕ ਸੀ ਮੰਮੀ, ਮੈਨੂੰ ਵੀ ਨਹੀਂ ਪਤਾ ਚੱਲਿਆ, ਤੂੰ ਐਂ ਕਹੀ। ਤੁਹਾਨੂੰ ਪਤਾ ਰਾਤ ਦੇ 10:30 ਅਸੀਂ ਪ੍ਰੈਂਕ ਕਰ ਰਹੇ ਆ, ਸੋਚੋ ਹਜੇ ਅਸੀਂ ਸੋਣਾ ਵੀ ਹੈ, ਡਾਂਸ ਹੋ ਰਿਹਾ, ਗਿੱਧਾ ਪੈ ਰਿਹਾ, ਮਿਲ ਗਈ ਕੁਰਸੀ, ਮਿਲ ਗਈ ਹੁਣ ਕੈਸੀ ਬਣੇ, ਕਰ ਵੀ ਲਿਓ ਧਿਆਨ ਨਾਲ, ਹੁਣੇ ਫੜਨਾ ਮੈਂ, ਮੈਂ ਫੜਾਂਗੀ ਵੀ ਤੇ ਮੈਂ ਸ਼ੂਟ ਵੀ ਕਰਾਂਗੀ। ਆ ਕੀ ਕਰਨ ਲੱਗੇ ਪਾਪਾ, ਪਾਪਾ ਕੁਝ ਪਲਾਨ ਵਿੱਚ ਸਾਹਮਣੇ ਯਾਰ, ਤੁਸੀਂ ਬੰਦ ਬੋਲਣਾ ਥੋੜੀ ਬੋਲੋਗੇ, ਪੀ ਲੈਣੀ ਅੱਜ ਟੱਲੀ ਹੋ ਜਾਣਾ ਅੱਜ ਸਭ ਨੇ ਇੱਕ ਇੱਕ, ਫਿਰ ਗਾਣਾ ਗਾਏਂਗੇ ਪੀ ਲੈ ਪੀ ਲੈ, ਉਹ ਕਿੰਨੀ ਆਇਆ ਬਾਅਦ ਚ ਰੱਖਣੀ ਉਹ ਵੀ ਆਇਆ ਯਾਰ, ਹਰਜੀ ਦੇ ਕਮਰੇ ਚ, ਠੀਕ ਹੈ ਮੰਮੀ ਹੁਣ ਤੁਸੀਂ ਐਕਟਿੰਗ ਕਰਨੀ ਹੈ ਘੈਂਟ ਵਾਲੀ, ਠੀਕ ਹੈ? ਦੇਖੋ ਅਸੀਂ ਪਹਿਲੀ ਬੋਲਦੇ ਨੇ, ਦੇਖੋ ਛੁਪਾਤੀ ਪਹਿਲੀ ਪਹਿਲੀ ਬੋਲਦੇ ਨਾ, ਸ਼ਰਾਬ ਪੀਣਾ ਸਿਹਤ ਕੇ ਲਈ ਹਾਨੀਕਾਰਕ ਹੈ, ਠੀਕ ਹੈ? ਹਾਂ ਇਹ ਸਿਰਫ ਸ਼ੌਂਕ ਹੈਗਾ ਇਕੱਠਿਆਂ ਕਰਨ ਦਾ, ਸੋ ਇੱਕ ਇੱਥੇ ਪਹਿਲੀ ਦੋਨਾਂ ਨੇ ਸੋਚਿਆ ਸੀਗਾ ਕਿ ਆਪਾਂ ਇੱਦਾਂ ਅਲਮੀਰਾ ਬਣਾਵਾਂਗੇ, ਤੇ ਇੱਥੇ ਉੱਪਰ ਵਾਲਾ ਪੋਰਸ਼ਨ 'ਚ ਜੋ ਹੈ ਆਪਾਂ ਸਟੋਕ ਰੱਖਾਂਗੇ, ਹਰ ਇੱਕ ਬ੍ਰਾਂਡ ਦੀ ਬੋਟਲ ਰੱਖਾਂਗੇ, ਠੀਕ ਹੈ? ਬਾਕੀ ਚਲੋ ਆ ਜਾਓ, ਕੀ ਕਰਨਾ, ਸਟਾਰਟ ਕਰੋ ਆਪਣੀ ਐਕਟਿੰਗ, ਨਹੀਂ ਆਵਾਜ਼ ਮਾਰੋ ਬਾਹਰ, ਨਹੀਂ ਬਾਹਰ ਜਾ ਕੇ ਆਵਾਜ਼ ਮਾਰੋ, ਆਫਿਸ 'ਚ ਤਾਂ ਬੈਠੀ ਨਹੀਂ ਹੋ। ਕੋਈ ਨੀ ਤੂੰ ਤੇ ਆ, ਮੇਰੀ ਗੱਲ ਸੁਣ, ਉਹ ਸਾਰੀਆਂ ਦੀਆਂ ਸਾਰੀਆਂ ਉਹ ਕਿੱਥੇ ਗਈਆਂ, ਮੇਰੀ ਝੂਠੀ ਨਜ਼ਰ ਪਈ ਹੈ, ਕੁਛ ਨੀ ਆਉਂਦੀ ਚਾਚੀ ਕੇ ਰੂਮ ਮੈਂ, ਮੈਂ ਤਾਂ ਹੀ ਇਹਨੂੰ ਥੱਲੇ ਭੇਜ ਰਹੀ ਸੀ ਯਾਰ, ਸਾਰਾ ਸੱਤਿਆ
ਨਾਸ ਕਰਤਾ ਇਹਨੇ ਇੱਥੇ ਗਈਆਂ ਮੈਂ ਥੋੜੀ ਦੇਰੀ ਤੇ ਗਈਆਂ ਉੱਥੇ ਤਤਕਨ ਤੇ ਸਿਗੀਆਂ ਮੈਂ ਤੇ ਹੁਣੇ ਜਸਮੀਤ ਨੂੰ ਦੱਸ ਰਹੀ ਸੀ ਕਿ ਜਸਮੀਤ ਲਾਈਟ ਨਹੀਂ ਚੱਲ ਰਹੀ ਕਿੱਥੇ ਗਈਆਂ ਬਾਈਆਂ ਮੈਂ ਪਾਗਲ ਹਾਂ ਐਵੇਂ ਮੈਨੂੰ ਇੰਨੇ ਪਸੀਨੇ ਆ ਰਹੇ ਨੇ ਪਾਗਲ ਹੈ ਹੁਣ ਇਹਨੂੰ ਮੈਂ ਕਿਹਾ ਕਿ ਚੱਲ ਜਸਮੀਤ ਤੈਨੂੰ ਲਾਈਟ ਦਿਖਾਵਾਂ ਕਿ ਲਾਈਟ ਨਹੀਂ ਚੱਲ ਰਹੀ ਤੇ ਇਹਦੀ ਲਾਈਟ ਜਲਾਈ ਤੇ ਪਤਾ ਚੱਲਿਆ ਜੀ ਇੱਥੇ ਬੋਤਲਾਂ ਹੀ ਨਹੀਂ ਹੈਗੀਆਂ ਉਹ ਕਰੋ ਰਹੀ ਹੈ ਹਰਜੀ ਰਹਿੰਦਾ ਹਰਜੀ ਨੂੰ ਕੀ ਪਤਾ ਹੋਏਗਾ ਹਰਜੀ ਕਿਹੜੀ ਸ਼ਰਾਬ ਪੀਂਦਾ ਹਰਜੀ ਨੂੰ ਪਤਾ ਹੋਏਗਾ ਮੇਰੇ ਵੱਲ ਨਾ ਮੈਨੂੰ ਕਿਉਂ ਲੱਗਦਾ ਹੈ ਤੁਸੀਂ ਦੇਖੋ ਸਾਡੇ ਹਰਜੀ ਦੇ ਮੇਰੀ ਕੁੜੀ ਨਕੰਮੀ ਹੈ ਸਭ ਸੱਚ ਦੱਸਦਾ ਜਾ ਵਾਪਿਸ ਇਹ ਜੋ ਮਨ ਦਾ ਬੱਚਾ ਹੈ ਨਾ ਇਹ ਸੱਚਾ ਹੈ ਇਹ ਚਾਚੇ ਕੋ ਪਿਆਰ ਕਰਤਾ ਹੈ ਇਹ ਘਰ ਦਾ ਭੰਡ ਭੰਡ ਹੈ ਕਾਂ ਚੁਪਾਈ ਕਿਸੇ ਚੁਪਾਈ ਦੀ ਛੁਪਾ ਕੇ ਕਹਿੰਦੇ ਕਾਂ ਚੁਪਾਈ ਦੀ ਕਿਸੇ ਚੁਪਾਈ ਦੀ ਪੀਣਾ ਤੇ ਮੇਰੀ ਮਾਂ ਸੁਣ ਰੋਟੀ ਅਲੀ ਕਾਂ ਦਾ ਤੈ ਖੋ ਕੇ ਮੇਰੀ ਬਾਤ ਚੰਗੇ ਨੇ ਬਾਤ ਚੰਗੀ ਰੋਟੀ ਹਾਂ ਇਹ ਕਿਸੇ ਚੁਪਾਈ ਦੀ ਕਿਸ ਨੇ ਚੁਪਾਈ ਦੀ ਕਰ ਲੋ ਇਸਕੇ ਸਾਹਮਣੇ ਪ੍ਰੈਂਕ ਕਰ ਲੋ ਹੋਰ ਕਰ ਲੋ ਭੰਡ ਭੰਡਾ ਪਰ ਵੈਸੇ ਹਰਜੀ ਦੇ ਮਾਨ ਨੇ ਗਿਆ ਸੀ ਬਈ ਚਾਚੇ ਦੀ ਤੇ ਆਪਣੇ ਬਾਪੂ ਦੀ ਕਿੰਨੀ ਸਕੀ ਹੈ ਨਾ ਰੋ ਇਸੇ ਲਈ ਰਹੀ ਸੀ ਕਿ ਮੈਂ ਦੱਸਣਾ ਹੈ ਅੰਦਰ ਪਈਆਂ ਹਲਿਆਂ ਨੂੰ ਮੈਂ ਕਿਹਾ ਵੀ ਸੀ ਕਿ ਸਾਡਾ ਸੀਕ੍ਰੇਟ ਹੈ ਪਰ ਹਰਜੀ ਫੇਰ ਵੀ ਥੋੜਾ ਜਿਹਾ ਹੋ ਗਿਆ ਸੀ ਸੈਂਟੀਮੀਟਰ ਉਹ ਕੈਮਰਾ ਵੀ ਲੱਗ ਗਿਆ ਸੀ ਦੇਖ ਹਾਂ ਕਿ ਸ਼ਾਇਦ ਉੱਥੇ ਕੈਮਰਾ ਤਾਂ ਰਾਜ ਸੀ ਹਾਂ ਕੈਮਰੇ ਫੋਨ ਤੇ ਦੇਖਣ ਲੱਗ ਗਿਆ ਸੀ ਕੈਮਰਾ ਮੈਂ ਕਿਹਾ ਸੀ ਗਏ ਆ ਪਿੱਛੋਂ ਦੇਖ ਤੂੰ ਕਿੱਥੇ ਗਈ ਆ ਮਨ ਗਿਆ ਸੀ ਦੇਖ ਮੈਂ ਦੇਖ ਰੀਅਲ ਐਕਟਿੰਗ ਕੀਤੀ ਫੇਰ ਪਸੀਨੋ ਪਸੀਨੀ ਹੋ ਗਈ ਮੰਮੀ ਮੈਂ ਹੁਣ ਮੈਂ ਹੋਇਆ ਥੱਲੋਂ ਦੀ ਕੋਈ ਆ ਕੇ ਲੈ ਤਾਂ ਨਹੀਂ ਗਿਆ ਪਾਪਾ ਵੀ ਪਤਾ ਨਹੀਂ ਕਿੱਥੇ ਹੋਣਗੇ ਹਾਂ ਮੈਂ ਕਿਤੇ ਨਹੀਂ ਜਾਂਦਾ ਉਹਨੂੰ ਲੱਗਾ ਹੋਏਗਾ ਤੁਹਾਡੇ ਹੁੰਦੇ ਹੁੰਦੇ ਇੱਕ ਬੰਦਾ ਗੱਡੀ ਲੈ ਗਿਆ ਤੇ ਤੁਸੀਂ ਗੱਲ ਕਰ ਰਹੇ ਹੋ ਆਹੋ ਉਹ ਹਾਂ ਉਹ ਇੱਕ ਵਾਰੀ ਲੈ ਨਹੀਂ ਗਏ ਸੀ ਦੋੜੀ ਗਏ ਸੀ ਲੈ ਕੇ ਹਾਂ ਰੱਖੋ ਨਾ ਪਲੀਜ਼ ਤੁਹਾਨੂੰ ਕੁਰਸੀ ਤੇ ਨਹੀਂ ਚੜਨਾ ਪੈਣਾ ਮੈਨੂੰ ਕੁਰਸੀ ਤੇ ਚੜਨਾ ਪੈਣਾ ਹਾਂ ਮੈਂ ਪਕੜਾਨੀ ਆ ਚਲੋ
ਵੀ ਹੱਥ ਪਟਾਣਾ ਇਹਨਾਂ ਨੇ ਬੋਤਲਾਂ ਛੁਪਾਈਆਂ ਤੇ ਸਾਨੂੰ ਲਿਖਾਣਾ ਐਕ ਸਾਈਡ ਦੀ ਲਾਈਟ ਬੰਦ ਹੋ ਗਈ ਕਿਸੇ ਦੇ ਵੀ ਆਨ ਕਰਾ ਹਾਂ ਇਹ ਕਰਕੇ ਵੀ ਬੰਦ ਹੈ ਇਹ ਵੀ ਠੀਕ ਕਰਾਣੀ ਹੈ ਹਾਂਜੀ ਮੇਰੀ ਦਾਰੂ ਦੀ ਸ਼ੋਭਾ ਨੂੰ ਖਰਾਬ ਕਰ ਰਿਹਾ ਵਿਚਾਰਾ ਬ੍ਰੈਂਡ ਤੇ ਵਿੱਚ ਫੋਨ ਹੀ ਬੰਦ ਹੋ ਗਿਆ ਮੁਝੇ ਪੀਣੇ ਕਾ ਸ਼ੌਕ ਨਹੀਂ ਉਹ ਦੇਖੋ ਇੱਧਰ ਬਸ ਤੂੰ ਨਾ ਲਿਆ ਖਰੀਦਤਾ ਹੂੰ ਸਜਾਨੇ ਕੋ ਸਹੀ ਗੱਲ ਹੈ ਇਹਨਾਂ ਦੇ ਤਾਂ ਕੋਈ ਅਸਰ ਵੀ ਨਹੀਂ ਹੋਇਆ ਮੰਮੀ ਮੇਰੇ ਤੇ ਕੀ ਔਰਤ ਕੁੜੀ ਨੂੰ ਲਾਜ ਪਹਿਲੇ ਹੀ ਬੋਲਤਾ ਨਾਲ ਹੀ ਅਸਰ ਕੀ ਹੋਣਾ ਸੀ ਉੱਤੇ ਆਂਦੇ ਤੇ ਉਹਨੇ ਪੋਲ ਖੋਲ ਦਿੱਤੀ ਮੇਰੀ ਕੁੜੀ ਹਰਜੀ ਵਾਲੀ ਤੇ ਇਹਨੇ ਫੜ ਲਿਆ ਉਹਨੂੰ ਪਿੱਟ ਤੇ ਅੱਪਾ ਫੇਰ ਵੀ ਛੁੱਟ ਕੇ ਆ ਕੇ ਉਹਨੇ ਬੋਲ ਹੀ ਦਿੱਤਾ ਉਹਨੂੰ ਦੋ ਕੁ ਮਿੰਟ ਹੋਰ ਰੁਕ ਜਾਂਦੀ ਨਾ ਮੁਝੇ ਤੋਂ ਲੱਗ ਰਿਹਾ ਮਿੱਟੀ ਕਾ ਤੇਲ ਹੈ ਨੀਲਾ ਵਾਲਾ ਸਮੁੰਦਰ ਕਾ ਨਮਕ ਵਾਲਾ ਪਾਣੀ ਨੀਲਾ ਮੁਝੇ ਤੋ ਨੀਲਾ ਹੋਤਾ ਕਹਿ ਰਹੇ ਸੀ ਨਾਲ ਮੈਨੇ ਨਹੀਂ ਪੀਤੀ ਮੰਮੀ ਮੈਂ ਨਹੀਂ ਪੀਤੀ ਮੈਂ ਕਿਹਾ ਅਸੀਂ ਵੀ ਨੀ ਪੀ ਰਹੇ ਇਹ ਤੇ ਮੰਮੀ ਤੇ ਪਸੀਨੋ ਪਸੀਨੀ ਹੋਈ ਪਈ ਆ ਦੱਸੋ ਹੋਰ ਨੀ ਹੈਗੀ ਬਸ ਹਾਂਜੀ ਹਾਂਜੀ ਫਿਰ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਇਹ ਵਾਲਾ ਵਲੌਗ ਸਾਡਾ ਨਾ ਇੱਕਦਮ ਮਤਲਬ ਦਿਮਾਗ 'ਚ ਆਇਆ ਅਤੇ ਆਪਾਂ ਐਗਜੀਕਿਊਟ ਕਰਤਾ ਬਣਿਆ ਉਨੀ ਜਲਦੀ ਪ੍ਰਿੰਟ ਟੈਲ ਫੇਲ ਹੋ ਗਿਆ ਮੰਮੀ ਜਾਓ ਅਤੇ ਫੇਲ ਹੋ ਗਈ ਪ੍ਰੈਂਕ ਫੇਲ ਹੋ ਗਿਆ ਤੁਹਾਡਾ ਅਤੇ ਰਾਤ ਦੇ ਨਾ 12 ਵੱਜਣ ਵਾਲੇ ਆ ਅਤੇ ਆਪਾਂ ਇੱਥੇ ਹੀ ਵਲੌਗ ਦਾ ਐਂਡ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਏਗਾ ਅਰਨਾਸ ਕੌਰ ਗਈ ਹੈ ਸੋ ਅਤੇ ਜੇ ਪਸੰਦ ਆਇਆ ਹੋਏਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲੈਕਚਰ ਕਮੈਂਟ ਜ਼ਰੂਰ ਕਰਿਓ ਇੰਸਟਾਗ੍ਰਾਮ 'ਤੇ ਸਾਨੂੰ ਫੋਲੋ ਜ਼ਰੂਰ ਕਰਿਓ ਮਿਲਦੇ ਹਾਂ ਤੁਹਾਨੂੰ ਕੱਲ੍ਹ ਇੱਕ ਹੋਰ ਵਧੀਆ ਜਿਹੇ ਵਲੌਗ ਦੇ ਨਾਲ ਬਾਏ ਬਾਏ।